ਹਰਾਂ ਦੇ ਚਲਦੇ ਜਲੰਧਰ ਕਮਿਸ਼ਨਰ ਰੇਟ ਪੁਲਿਸ ਦੇ ਅਧਿਕਾਰੀਆਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਸਾਂਝੇ ਰੂਪ 'ਚ ਇਲਾਕੇ 'ਚ ਫਲੈਗ ਮਾਰਚ ਕੱਢਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ। ਜਲੰਧਰ ਪੁਲਿਸ ਨੇ ਇਸ ਮੌਕੇ ਟ੍ਰੈਫਿਕ ਵਿਵਸਥਾ ਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਆਪਣਾ ਸਮਾਨ ਅੰਦਰ ਰੱਖਣ ਦੀ ਅਪੀਲ ਕੀਤੀ। ਉਹਨਾਂ ਮੁਤਾਬਕ ਤਿਉਹਾਰਾਂ ਦੇ ਚਲਦੇ ਭੀੜ ਵੱਧ ਜਾਂਦੀ ਹੈ ਤੇ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਨੂੰ ਲੈ ਕੇ ਉਹਨਾਂ ਨੇ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਹ ਮਾਨਯੋਗ ਕਮਿਸ਼ਨਰ ਸਾਹਿਬ ਦੀ ਸਖ਼ਤ ਹਦਾਇਤ ਹੈ ਕਿ ਜਿਹੜਾ ਫੈਸਟਿਵ ਸੀਜ਼ਨ ਹੈ ਇਹਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਵੱਲੋਂ ਕੋਈ ਵੀ ਕਿਸੇ ਵੀ ਤਰੀਕੇ ਦੀ ਕੁਤਾਹੀ ਨਾ ਹੋਵੇ, ਕੋਈ ਅਨਟੂਵਰਡ ਇੰਸੀਡੈਂਟ ਨਾ ਹੋਵੇ। ਅੱਜ ਸਾਡੇ ADCP ਸਿਟੀ ਵਨ ਸੋਡੋ ਵਿਜੀ ਮੈਮ, ACP ਸੈਂਟਰ ਹਰਸਿਮਰਤ ਸ਼੍ਰੀ ਹਰਸਿਮਰਤ ਖੇਤਰਾ ਜੀ ਅਤੇ SHO ਡਿਵੀਜ਼ਨ ਨੰਬਰ 2 ਅਤੇ 4 ਨੇ ਜਿਹੜਾ ਆਫ ਜਿਹੜਾ ਰੂਟ ਮਾਰਚ ਜਿਹਨੂੰ ਆਪਾਂ ਫੁੱਟ ਮਾਰਚ ਕਹਿੰਦੇ ਹਾਂ ਕੱਢਿਆ ਹੈ। ਇਸ ਕਰਕੇ ਲੋਕਾਂ ਨੂੰ ਇਹ ਮੈਸੇਜ ਦੇ ਰਿਹਾ ਕਿ ਜਿਹੜਾ ਸਾਡੇ ਨਾਲ ਇਹ ਆਪਣਾ ਕੋਪਰੇਟ ਕਰ, ਜਿਹੜਾ ਫੈਸਟਿਵ ਸੀਜ਼ਨ ਹੈ ਇਹ ਬੜੀ ਸਿਕਿਓਰ ਅਤੇ ਸੇਫ ਤਰੀਕੇ ਨਾਲ ਮਨਾਓ। ਸਰ, ਇੱਥੇ ਟ੍ਰੈਫਿਕ ਦੀ ਬੜੀ ਸਮੱਸਿਆ ਆ ਰਹੀ ਹੈ ਕਿ ਟ੍ਰੈਫਿਕ ਦੇ ਵਿੱਚ ਅਸੀਂ ਜਾ ਕੇ ਕਾਫੀ ਤਰੀਆਂ ਜਿਹੜੀਆਂ ਮੁਸ਼ਕਲਾਂ ਖਤਮ ਕੀਤੀਆਂ, ਜਿਹੜੇ ਜਿੱਥੇ ਲੋਕਾਂ ਨੂੰ ਲੰਘਣ 'ਚ ਮੁਸ਼ਕਲਾਂ ਆ ਰਹੀਆਂ ਸੀ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਨੂੰ ਸਾਈਡ ਕਰਾਈਆਂ ਹੋਈਆਂ। ਸਾਡੇ ਟ੍ਰੈਫਿਕ ਵਾਲੇ ਮੁਲਾਜ਼ਮ ਵੀ ਉੱਥੇ ਲਗਾਤਾਰ ਚੌਕਸੀ ਵਰਤ ਰਹੇ। ਸਰ, ਇੱਕ ਬਾਜ਼ਾਰਾਂ ਵਿੱਚ ਜਿਹੜੀ ਮਾਰਕੀਟ ਵਿੱਚ ਪੁਲਿਸ ਲਾਈ ਗਈ ਕਿ ਮੁਲਾਜ਼ਮ ਲਾਏ ਜਾਣਗੇ ਜਾਂ ਉੱਦਾਂ ਫਲੈਗ ਮਾਰਚ ਕੱਢਿਆ ਜਾਏਗਾ? ਬਾਜ਼ਾਰਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਫਲੈਗ ਮਾਰਚ ਕੱਢੇ ਨਾਲ ਨਾਲ ਪਹਿਲੇ ਪੁਲਿਸ ਦੇ ਨਾਕੇ ਜਿਹੜੀ ਹੈ ਪੁਖਤਾ ਇੰਤਜ਼ਾਮਾਤ ਕੀਤੇ ਹੋਏ ਸਿਕਿਉਰਿਟੀ ਪੱਖੋਂ ਹਰ ਚੌਕ 'ਤੇ, ਹਰ ਜਿੱਥੇ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਆਲਰੇਡੀ ਜਿਹੜੇ ਆ ਸਾਡੇ ਨਾਕੇ ਲੱਗੇ ਹੋਏ, ਸਾਡੀਆਂ ਗਸ਼ਤਾਂ ਲੱਗੀਆਂ ਹੋਈਆਂ, PCR ਮੂਵ ਕਰ ਰਹੀ ਹੈ, ਜ਼ੁਲੂਸ ਮੂਵ ਕਰ ਰਿਹਾ।